ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਸੋ ਵੀ ਆਰ ਟੁਗੇਦਰ ਕਿਉਂਕਿ ਅਸੀਂ ਸਟੈਪਿੰਗ ਸਟੋਨਸ ਪੀਐਸਐਲ ਇਨਸਟਰਕਸ਼ਨਲ ਰਿਸੋਰਸਸ ਯੂਜ਼ ਕਰਕੇ ਬੱਚਿਆਂ ਨੂੰ ਪੰਜਾਬੀ ਐਜ਼ ਅ ਸੈਕੰਡ ਲੈਂਗੁਏਜ ਪੜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਅਸੀਂ ਪਹਿਲੇ ਖਿਆਲ ਕੀਤਾ ਸੀ ਕਿ ਬੱਚਿਆਂ ਬੱਚਿਆਂ ਨੂੰ ਪੈਂਤੀ ਅੱਖਰੀ ਕਿਸ ਤਰ੍ਹਾਂ ਸਿਖਾਈ ਜਾਵੇ ਤੁਸੀਂ ਦੇਖਿਆ ਹੋਵੇਗਾ ਕਿ ਮੈਂ ਇੱਕ ਲੈਸਨ ਊੜੇ ਲੈਟਰ ਤੇ ਪ੍ਰੈਜ਼ੈਂਟ ਕੀਤਾ ਸੀ ਜਿਹਦੇ ਨਾਲ ਕਿ ਤੁਸੀਂ ਗਾਈਡਲਾਈਨਸ ਦੇਖ ਕੇ ਸੇਮ ਗਾਈਡਲਾਈਨਸ ਫੋਲੋ ਕਰਕੇ ਤੇ ਤੁਸੀਂ ਕੋਈ ਵੀ ਅੱਖਰ ਸਿਖਾ ਸਕਦੇ ਹੋ ਉਹਦੀ ਅੱਖਰਾਂ ਦੀ ਪਛਾਣ ਅੱਖਰਾਂ ਦੀ ਆਵਾਜ਼ ਅੱਖਰ ਜੋੜ ਕਰਕੇ ਮੁਕਤ ਸ਼ਬਦ ਬਣਾਉਣੇ ਜਿਹੜੇ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਸ਼ਬਦ ਨੇ ਉਹਨਾਂ ਦੇ ਵੋਕੈਬਲਰੀ ਉਹਨਾਂ ਦੇ ਮਤਲਬ ਸਿਖਾਣੇ ਤਾਂ ਕਿ ਬੱਚਿਆਂ ਦੀ ਲੈਂਗੁਏਜ ਡਿਵੈਲਪਮੈਂਟ ਹੋ ਸਕੇ ਤੇ ਫਿਰ ਆਈ ਸੀ ਸੀ ਆਈ ਥਿੰਕ ਪਿਛਲੇ ਹਫਤੇ ਗੱਲ ਕੀਤੀ ਸੀ ਬਿਗਨਿੰਗ ਰੀਡਿੰਗ ਬੱਚਿਆਂ ਨੂੰ ਕਿਸ ਤਰ੍ਹਾਂ ਸਿਖਾਈ ਜਾਵੇ ਲੈਵਲ 3 which is ਬਿਗਨਿੰਗ ਰੀਡਿੰਗ ਲੈਵਲ 2 ਹੈਗਾ ਮਾਤਰਾ ਆਈ ਥਿੰਕ ਵੀ ਸਟਿਲ ਹੈਵ ਟੂ ਵਰਕ ਔਨ 댓 ਤੇ ਮਾਤਰਾ ਕਿਸ ਤਰ੍ਹਾਂ ਸਿਖਾਈ ਜਾਣ ਬੱਚਿਆਂ ਨੂੰ ਮੁਹਾਰਨੇ ਕਿਸ ਤਰ੍ਹਾਂ ਸਿਖਾਈ ਜਾਵੇ ਰਾਈਟ ਤੇ ਅੱਜ ਕੁਐਸਚਨ ਆਇਆ ਸੀ ਕਿ ਜਿਹੜੇ ਲੈਵਲ 4 ਦੀ ਕਿਤਾਬ ਹੈਗੀ ਹੈ ਉਹਦੇ ਵਿੱਚੋਂ ਬੱਚੇ ਕੀ ਸਿੱਖ ਸਕਦੇ ਨੇ ਉਹਨਾਂ ਦਾ ਕੀ ਲੈਵਲ ਹੋਣਾ ਚਾਹੀਦਾ ਹੈ ਕੀ ਬੈਂਚਮਾਰਕ ਹੋਣੀ ਚਾਹੀਦੇ ਨੇ ਤਾਂ ਕਿ ਸਾਨੂੰ ਪਤਾ ਹੋਵੇ ਕਿ ਬੱਚਿਆਂ ਨੇ ਗ੍ਰੀਨ ਲੈਵਲ ਹਰ ਇੱਕ ਕਿਤਾਬ ਜਿਹੜੀ ਪੜ ਲਈ ਹੈ ਤੇ ਅ ਇਹ ਦੇ ਵਿੱਚੋਂ ਬੱਚਿਆਂ ਨੇ ਕੀ ਮਾਸਟਰ ਕੀਤਾ ਸੋ ਬੇਸਿਕਲੀ ਇਹ ਇੰਟਰਮੀਡੀਏਟ ਰੀਡਿੰਗ ਹੈਗੀ ਹੈ ਤੇ ਇਸ ਲੈਵਲ ਦੇ ਬੱਚਿਆਂ ਨੂੰ 35 ਮਾਤਰਾ ਬਿਲਕੁਲ ਐਬਸੋਲੂਟਲੀ ਆ ਜਾਣੀ ਚਾਹੀਦੀ ਨੇ ਬਟ ਫਿਰ ਵੀ ਅਸੀਂ ਰਿਵਿਊ ਕਰਦੇ ਹਾਂ ਕਿਉਂਕਿ ਬੱਚੇ ਦੇ ਦੋ 2 ਮਿੰਨ ਦੀ ਛੁੱਟੀ ਤੋਂ ਬਾਅਦ ਆਉਂਦੇ ਨੇ ਤੇ ਕਾਫੀ ਕੁਝ ਭੁੱਲ ਕੇ ਆਉਂਦੇ ਨੇ ਰਾਈਟ ਤੇ ਅਮ ਨਾਲ ਨਾਲ ਉਹਨਾਂ ਨੂੰ ਕਾਫੀ ਕਾਮਨ ਵੋਕੈਬਲਰੀ ਜਿਵੇਂ ਆਮ ਖੇਡਾਂ ਦੇ ਨਾਂ ਆਣੇ ਚਾਹੀਦੇ ਨੇ ਰਿਸ਼ਤਿਆਂ ਦੇ ਨਾਂ ਆਣੇ ਚਾਹੀਦੇ ਨੇ ਇਹਦੇ ਨਾਲ ਨਾਲ ਉਹਨਾਂ ਨੂੰ ਖਾਣਿਆਂ ਦੇ ਨਾਂ ਆਣੇ ਚਾਹੀਦੇ ਨੇ ਪੰਜਾਬ ਦੇ ਬਾਰੇ ਉਹਨਾਂ ਨੇ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਇੱਕ ਛੋਟੇ ਛੋਟੇ 에ਸੇ ਲਿਖਣੇ ਆਣੇ ਚਾਹੀਦੇ ਨੇ ਜਿਵੇਂ ਖੇਡਾਂ ਦੇ ਬਾਰੇ ਮੌਸਮਾਂ ਦੇ ਬਾਰੇ ਵਿੱਚ ਸੋ ਐਟਚੂ ਇਹਨਾਂ ਨੂੰ ਕਾਫੀ ਗ੍ਰਾਮਰ ਦੀ ਨੋਲੇਜ ਅਸੀਂ ਦੇਣੀ ਹੈ ਕਿ ਸਿੰਗੂਲਰ ਪਲੂਰਲ ਕੀ ਹੁੰਦੇ ਨੇ ਜਿਹੜੇ ਮੈਸਕੂਲਿਨ ਫੈਮਿਨਿਨ ਕੀ ਹੁੰਦੇ ਨੇ ਕਿਉਂਕਿ ਪੰਜਾਬੀ ਲੈਂਗੁਏਜ ਦੇ ਵਿੱਚ ਮੈਸਕੂਲਿਨ ਫੈਮਿਨਿਨ ਕਾਫੀ ਇੰਪੋਰਟੈਂਸ ਰੱਖਦੇ ਨੇ ਸਾਡੇ ਵਰਬ ਵੀ ਚੇਂਜ ਹੁੰਦੇ ਨੇ ਨਾਮ ਨਾਮ ਤੇ ਘਰ ਡਿਫਰੈਂਟ ਹੁੰਦੇ ਹੁੰਦੇ ਨੇ ਸੋ ਇਹ ਸਾਰੀ ਉਹਨਾਂ ਨੂੰ ਇਨਫੋਰਮੇਸ਼ਨ ਆ ਜਾਏਗੀ ਪਰ ਇਹਦੇ ਨਾਲ ਨਾਲ ਉਹਨਾਂ ਤੋਂ ਕੀ ਸਾਨੂੰ ਅਸੀਂ ਕੀ ਐਕਸਪੈਕਟ ਕਰਦੇ ਹਾਂ ਕਿ ਉਹਨਾਂ ਨੂੰ ਕੀ ਕੀ ਸਕਿਲਸ ਆਣੇ ਚਾਹੀਦੀਆਂ ਜਦੋਂ ਉਹ ਕੋਈ ਪੋਇਮ ਪੜ੍ਹਦੇ ਨੇ ਕਵਿਤਾ ਪੜ੍ਹਦੇ ਨੇ ਜਾਂ ਛੋਟਾ ਪੈਰਾ ਪੜ੍ਹਦੇ ਨੇ ਜਾਂ ਛੋਟਾ ਜੋ ਵੀ ਕਹਾਣੀ ਪੜਦੇ ਨੇ ਤਾਂ ਉਹਨਾਂ ਨੂੰ ਉਹਦੀ ਕੰਪਰੀਹੈਂਸ਼ਨ ਆਣੀ ਚਾਹੀਦੀ ਹੈ ਇਹਦਾ ਮਤਲਬ ਉਹਨਾਂ ਨੂੰ ਉਹਦੀ ਸਮਝ ਹੋਣੀ ਚਾਹੀਦੀ ਕਿ ਉਹਨਾਂ ਨੇ ਪੜਿਆ ਕੀ ਹੈ ਤੇ ਉਹ ਸਟੋਰੀ ਦੇ ਬੇਸ ਤੇ ਜਾਂ ਲੇਖ ਦੇ ਬੇਸ ਤੇ ਜਾਂ ਕਵਿਤਾ ਦੇ ਬੇਸ ਤੇ ਕੁਐਸਚਨ ਆਨਸਰ ਕਰ ਸਕਦੇ ਚਾਹੀਦੇ ਨੇ ਕਿ ਇਸ ਕਵਿਤਾ ਦੇ ਵਿੱਚ ਤੁਸੀਂ ਕੀ ਪੜਿਆ ਕਿੰਨੇ ਕੈਰੈਕਟਰ ਸੀ ਜਾਂ ਜਿਸ ਤਰ੍ਹਾਂ ਦੇ ਵੀ ਕੋਈ ਜਿਹੜੇ ਐਵੀਡੈਂਸ ਬੇਸ ਕੁਐਸਚਨ ਨੇ ਕਿ ਉਹਨਾਂ ਨੂੰ ਆਨਸਰ ਕਵਿਤਾ ਦੇ ਵਿੱਚੋਂ ਲੇਖ ਦੇ ਵਿੱਚੋਂ ਐਸੇ ਦੇ ਵਿੱਚੋਂ ਮਿਲ ਸਕਦਾ ਹੈ ਕਹਾਣੀ ਦੇ ਵਿੱਚੋਂ ਮਿਲ ਸਕਦਾ ਹੈ ਇਹਦੇ ਨਾਲ ਨਾਲ ਹੀ ਉਹਨਾਂ ਨੇ ਫਿਰ ਥੋੜੀ ਬਹੁਤੀ ਸੋਚਣ ਵਾਲੇ ਕੁਐਸਚਨ ਵੀ ਸੋਚਣੇ ਨੇ ਇਨਫਰੈਂਸਿੰਗ ਜਿੰਨੂੰ ਅਸੀਂ ਕਹਿੰਨੇ ਆ ਕਿ ਐਪਲੀਕੇਸ਼ਨ ਜੇ ਉਹਨਾਂ ਨੇ ਜੋ ਕੁਝ ਸਿੱਖਿਆ ਉਹਨੂੰ ਰੀਅਲ ਲਾਈਫ 'ਚ ਅਪਲਾਈ ਕਿਵੇਂ ਕਰ ਸਕਦੇ ਨੇ ਰਾਈਟ ਸੋ ਅਸੀਂ ਜਿਵੇਂ ਉਹਨਾਂ ਨੇ ਇੱਕ ਕਾਂ ਤੇ ਕੋਇਲ ਦੀ ਕਹਾਣੀ ਪੜ੍ਹੀ ਯੂ نو ਤੇ ਉਹਨਾਂ ਨੇ ਪੁੱਛਣਾ ਵੀ ਜਿਹੜੇ ਕੌੜੇ ਬੋਲ ਬੋਲਦਾ ਕੋਈ ਤਾਂ ਉਹ ਮਨ ਨੂੰ ਕਿਵੇਂ ਦੁਖਾਉਂਦੇ ਨੇ ਜਿਹੜੇ ਮਿੱਠੇ ਬੋਲ ਜਿਵੇਂ ਕੋਇਲ ਬੋਲਦੀ ਆ ਮਿੱਠੇ ਬੋਲ ਤਾਂ ਉਹ ਮਨ ਨੂੰ ਕਿਵੇਂ ਖੁਸ਼ ਕਰਦੇ ਨੇ ਤੁਸੀਂ ਕੋੜੇ ਬੋਲ ਬੋਲਦੇ ਹੋ ਜੇ ਬੋਲਦੇ ਹੋ ਕਦਮ ਬੋਲਦੇ ਹੋ ਕਿਉਂ ਬੋਲਦੇ ਹੋ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਜੇ ਕੋਈ ਸੁਣਦਾ ਤੁਹਾਡੀ ਗੱਲ ਤੇ ਉਹਨਾਂ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਸੋ ਬੇਸਿਕਲੀ ਕਿ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਕਿਵੇਂ ਅਪਲਾਈ ਕਰਨੇ ਨੇ ਉਹਨਾਂ ਦੇ ਲੈਸਨ ਸੋ ਇਹ ਅਸੀਂ ਉਹਨਾਂ ਨੂੰ ਸਿਖਾਣਾ ਹੈ ਲੈਵਲ 4 ਦੇ ਵਿੱਚ ਤਾਂ ਕਿ ਉਹ ਇੰਡੀਪੈਂਡੈਂਟਲੀ ਥੋੜੀ-ਬਹੁਤੀ ਪੰਜਾਬੀ ਪੜ੍ਹ ਕੇ ਸਮਝ ਸਕਣ ਤੇ ਉਹਨੂੰ ਅਪਲਾਈ ਕਰ ਸਕਣ ਇਦੇ ਨਾਲ ਨਾਲ ਅਸੀਂ ਉਹਨਾਂ ਨੂੰ ਕਾਊਂਟਿੰਗ ਸਿਖਾਣੀ ਹੈ ਉਹਨਾਂ ਨੂੰ ਜਿਵੇਂ 25 ਤੱਕ 75 ਤੱਕ ਸੌਰੀ ਕਾਊਂਟਿੰਗ ਆਣੀ ਚਾਹੀਦੀ ਹੈ ਰਾਈਟ ਸੋ ਮੈਂ ਤਾਂ ਇੱਕ ਛੋਟੀ ਜੀ ਕਵਿਤਾ ਪੜ੍ਹ ਕੇ ਸੁਣਾਵਾਂਗੀ ਭਾਵੇਂ ਹੈ ਚਾਰ ਲਾਈਨਾਂ ਦੀ ਕਵਿਤਾ ਪਰ ਉਹਦੇ ਨਾਲ ਕਿੰਨੀ ਵੋਕੈਬਲਰੀ ਅਸੀਂ ਬੱਚਿਆਂ ਨੂੰ ਸਿਖਾ ਸਕਦੇ ਹਾਂ ਇਟਸ ਜਸਟ ਅਮੇজিং ਸੋ ਜੇ ਤੁਹਾਡੇ ਕੋਲ ਗ੍ਰੀਨ ਕਿਤਾਬ ਹੈਗੀ ਹੈ ਪੀਐਸਐਲ ਸੌਰੀ ਤੁਹਾਨੂੰ ਰਿਵਰਸ ਅੱਖਰ ਨੇ ਪੰਜਾਬੀ ਦੀ ਮੈਕਾ ਲੈਵਲ 4 ਕਿਤਾਬ ਹੈਗੀ ਹੈ ਤੇ ਇਹਦੇ ਵਿੱਚ ਤੁਸੀਂ 33 ਨੰਬਰ ਪੇਜ ਤੇ ਖੋਲੋ ਸੋ ਤੁਸੀਂ ਵੀਡੀਓ ਪਾਸ ਕਰ ਸਕਦੇ ਹੋ ਤੇ 33 ਨੰਬਰ ਪੇਜ 33 ਨੰਬਰ ਪੇਜ ਖੋਲੋ ਤੇ ਉਹਦੇ ਤੇ ਇੱਕ ਕਹਾਣੀ ਇੱਕ ਛੋਟੀ ਕਵਿਤਾ ਹੈ ਪਾਠ 11.1 ਫੁੱਲ ਇੱਕ ਛੋਟੀ ਕਵਿਤਾ ਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੀ ਇਹ ਮੈਂ ਤੁਹਾਨੂੰ ਲੈਸਨ ਟੀਚ ਕਰਕੇ ਸਿਖਾਵਾਂਗੀ ਕਿ ਤੁਸੀਂ ਇਹਦੇ ਵਿੱਚ ਕਿੰਨੀ ਇਨਫਰਮੇਸ਼ਨ ਬੱਚਿਆਂ ਨੂੰ ਸਿਖਾ ਸਕਦੇ ਹੋ ਠੀਕ ਹੈ ਸੋ ਆਪਣੀ ਕਿਤਾਬ ਖੋਲੋ ਸੋ ਇੱਕ ਕਵਿਤਾ ਛੋਟੀ ਜੀ ਮੈਂ ਲਿਖੀ ਸੀ ਤੇ ਇਹਦਾ ਅਸੀਂ ਬੱਚਿਆਂ ਨੂੰ ਚਾਹਾਂਗੇ ਕਿ ਬੱਚੇ ਇਸ ਪੋਇਮ ਨੂੰ ਯਾਦ ਕਰ ਲੈਣ ਇੱਕ ਤੇ ਜਦੋਂ ਯਾਦ ਕਰਨਗੇ ਉਹਨਾਂ ਨੂੰ ਰਵਾਣਗੀ ਨਾਲ ਪੜਨਾ ਆ ਜਾਏਗਾ ਰਾਈਟ ਤੇ ਬੋਲਣਾ ਵੀ ਆ ਜਾਏਗਾ ਤੇ ਹੌਲੀ ਹੌਲੀ ਫਿਰ ਸਮਝ ਵੀ ਆਨ ਲੱਗ ਜਾਂਦੀ ਹੈ ਤੇ ਫਿਰ ਉਹਨਾਂ ਨੇ ਇਸ ਪਿਕਚਰ ਨੂੰ ਇਸ ਕਵਿਤਾ ਨੂੰ ਪੜ ਕੇ ਇਹਨਾਂ ਨੇ ਇੱਕ ਫੋਟੋ ਡਰਾਅ ਕਰਨੀ ਹੈ ਜਿਸ ਨਾਲ ਉਹਦੀ ਕੰਪਰੀਹੈਂਸ਼ਨ ਸਮਝ ਆ ਗਈ ਕਿ ਇਹਨੂੰ ਸਮਝ ਆਈ ਹੈ ਕਿ ਕਵਿਤਾ ਨੇ ਕੀ ਕਿਹਾ ਸੋ ਕਵਿਤਾ ਕਹਿੰਦੀ ਹੈ ਦਲੀ ਉੱਤੇ ਖਿੜਿਆ ਫੁੱਲ ਹੱਸਦਾ ਖਿੜਿਆ ਰਹਿੰਦਾ ਹੈ ਖੁਸ਼ ਰਹੋ ਤੇ ਖੁਸ਼ੀਆਂ ਵੰਡੋ ਸਦਾ ਇਹੋ ਹੀ ਕਹਿੰਦਾ ਹੈ ਸੋ ਤੁਸੀਂ ਜਦੋਂ ਬੱਚਿਆਂ ਨੂੰ ਸਿਖਾਣਾ ਹੈ ਤਾਂ ਤੁਸੀਂ ਉਹਨਾਂ ਨੂੰ ਕਹੋ ਕਿ ਤੁਸੀਂ ਪਹਿਲੇ ਮੈਨੂੰ ਸੁਣੋ ਰਾਈਟ ਸੋ ਮੈਂ ਪ੍ਰਟੈਂਡ ਕਰਾਂਗੀ ਕਿ ਤੁਸੀਂ ਮੇਰੀ ਕਲਾਸ ਹੋ ਠੀਕ ਹੈ ਸੋ ਅੱਜ ਅਸੀਂ ਇੱਕ ਕਵਿਤਾ ਸਿਖਾਂਗੇ ਕਵਿਤਾ ਪੜਾਂਗੇ ਤੁਸੀਂ ਪਹਿਲੇ ਮੈਨੂੰ ਸੁਣੋ ਫਿਰ ਤੁਸੀਂ ਮੇਰੇ ਪਿੱਛੇ ਬੋਲਣਾ ਤੇ ਫਿਰ ਅਸੀਂ ਇਕੱਠੇ ਪੜਾਂਗੇ ਫਿਰ ਤੁਸੀਂ ਇਕੱਲੇ ਪੜੋਗੇ ਠੀਕ ਹੈ ਸੋ ਸੂਨੋ ਬੱਲੇ ਬੋਲ ਨਹੀਂ ਆਪਣੇ ਉਂਗਲੀ ਨਾਲ ਤੁਸੀਂ ਸ਼ਬਦਾਂ ਦੇ ਉੱਤੇ ਸ਼ਬਦਾਂ ਨੂੰ ਟਰੈਕ ਕਰ ਸਕਦੇ ਹੋ ਡਾਲੀ ਉੱਤੇ ਖਿੜਿਆ ਫੁੱਲ ਹੱਸਦਾ ਖਿੜਿਆ ਰਹਿੰਦਾ ਹੈ ਖੁਸ਼ ਰਹੋ ਤੇ ਖੁਸ਼ੀਆਂ ਵੰਡੋ ਸਦਾ ਇਹੋ ਹੀ ਕਹਿੰਦਾ ਹੈ ওকে ਰੈਡੀ ਨਾਊ ਯੂ ਗੈਟ ਟੂ ਸਪੀਕ ਆਫਟਰ ਮੀ ਮੇਰੇ ਪਿੱਛੇ ਬੋਲੋਗੇ ਡਾਲੀ ਉੱਤੇ ਖਿੜਿਆ ਫੁੱਲ ਓਕੇ ਤੁਸੀਂ ਬੋਲੋ ਹੱਸਦਾ ਖਿੜਿਆ ਰਹਿੰਦਾ ਹੈ ਬੋਲੋ ਖੁਸ਼ ਰਹੋ ਬੋਲੋ ਤੇ ਖੁਸ਼ੀਆਂ ਵੰਡੋ ਬੋਲੋ ਸਦਾ ਇਹੋ ਹੀ ਕਹਿੰਦਾ ਹੈ ਓਕੇ ਹੁਣ ਮੇਰੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰੋ ਇਕੱਠੇ ਬੋਲਾਂਗੇ ਅਸੀਂ ਡਾਲੀ ਉੱਤੇ ਖਿੜਿਆ ਫੁੱਲ ਹੱਸਦਾ ਖਿੜਿਆ ਰਹਿੰਦਾ ਹੈ ਖੁਸ਼ ਰਹੋ ਤੇ ਖੁਸ਼ੀਆਂ ਵੰਡੋ ਸਦਾ ਇਹੋ ਹੀ ਕਹਿੰਦਾ ਹੈ ਮਨ ਥੋੜੀ ਫਾਸਟਰ ਥੋੜੀ ਤੇਜ਼ ਪੜਾਂਗੇ ਡਾਲੀ ਉੱਤੇ ਖਿੜਿਆ ਫੁੱਲ ਹੱਸਦਾ ਖਿੜਿਆ ਰਹਿੰਦਾ ਹੈ ਖੁਸ਼ ਰਹੋ ਤੇ ਖੁਸ਼ੀਆਂ ਵੰਡੋ ਸਦਾ ਇਹੋ ਹੀ ਕਹਿੰਦਾ ਹੈ ਐਂਡ ਯੂ نو ਵਟ ਥਿਸ ਪੋਮ ਮੀਨਸ ਰਾਈਟ ਸੋ ਲੈਟ ਮੀ ਟੈਲ ਯੂ ਵਟ ਦ ਪੋਮ ਮੀਨਸ ਡਾਲੀ ਇਜ਼ ਬ੍ਰਾਂਚ ਰਾਈਟ ਇੱਕ ਟਾਣੀ ਡਾਲੀ ਬੂਟੇ ਦੀ ਟਾਣੀ ਰਾਈਟ ਇੱਕ ਪਲੈਂਟ ਦੀ ਬ੍ਰਾਂਚ ਉੱਤੇ ਮੀਨਸ ਔਨ Kiriyaful blossoming flower. Kidea means blossoming flower. Hasada means smiling or laughing. Uh, Kira blossoms. Renda hai is right. Renda is a verb. Khush raho, Stay happy. Te kushiyamandu and spread joy. Spread happiness. Sada means always. Eho he only this says right So what does the flower tell us the blossoming flower on the branch smiles and blossoms. Now flower doesn't really smile right it blossoms but doesn't smile. What happens when you look at flower you smile. So that means a flower is happy thing right be happy and share happiness that's all it says right isn't that an awesome message right so what if we are all happy we were all happy like a flower we were blossoming and beautiful like a flower right how beautiful will the things be around us so that's the message this flower is giving us right now let's read the poem one more time you're going to read it and i'll listen to you okay so now the students will read it right so um, good so ਖਿੜਿਆ ਨਹੀਂ ਕਹਿਣਾ ਖਿੜਿਆ ਰਾਈਟ ਸੋ ਮੇਕ ਸ਼ੂ ਯੂ ਮੇਕ ਕਰੈਕਸ਼ਨ ਜੀ ਉਹਨਾਂ ਨੂੰ ਨਹੀਂ ਸਮਝਾਂਦੀ ਤਾਂ ਸੋ ਓਕੇ ਨਾਓ ਕਲੋਜ਼ ਯਰ ਆਇਜ਼ ਐਂਡ ਸੀ ਇਫ ਯੂ ਕੈਨ ਸੇ ਦ ਪੋਮ ਬਾਈ ਯੋਰਸੈਲਫ ਸੋ ਐਡਨਾਲੀਸੀ ਬੱਚਿਆਂ ਨੂੰ ਮੈਮੋਰਾਇਜ਼ ਕਰਾਣੀ ਹੈ ਪੋਮ ਚਾਰ ਲਾਈਨਾਂ ਨੇ ਇਟ ਇਸ ਰੀਲੀ ਈਜ਼ੀ ਟੂ ਰਿਮੈਂਬਰ ਰਾਈਟ ਸੋ ਦੈਨ ਉਹਨਾਂ ਨੇ ਕੀ ਟਾਸਕ ਕਰਨਾ ਓਕੇ ਜਦੋਂ ਹੁਣ ਤੁਸੀਂ ਪੜ ਲਈ ਯਾਦ ਆ ਗਈ ਤੁਹਾਨੂੰ ਸੋ ਨਾਓ ਸਟੂਡੈਂਟਸ ਤੁਸੀਂ ਐਸ ਪੋਮ ਨੂੰ ਕਾਪੀ ਕਰੋਗੇ ਸੋ ਜਦੋਂ ਕਾਪੀ ਕਰਦੇ ਨੇ ਬੱਚੇ ਕੀ ਹੋਏਗਾ ਉਹਨਾਂ ਦੀ ਹੈਂਡ ਰਾਈਟਿੰਗ ਬੈਟਰ ਹੋ ਜਾਏਗੀ ਉਹਨਾਂ ਨੂੰ ਸਪੈਲਿੰਗ ਹੋਣਗੇ ਸੋ ਵੈਨ ਯੂ ਰਾਈਟ ਯੂ ਕੈਨ ਰਿਮਾਈਂਡ them ਰਾਈਟ ਜਦੋਂ ਤੁਸੀਂ ਲਿਖੋਗੇ ਹਰ ਅੱਖਰ ਬੋਲਣਾ ਹੈ ਅੱਖਰ ਦੀ ਆਵਾਜ਼ ਬੋਲਣੀ ਹੈ ਤੇ ਨਾਲ ਮੁਹਾਰਨੀ ਬੋਲਣੀ ਫੋਰ ਐਗਜ਼ਾਮਪਲ ਤੁਸੀਂ ਕਹੋਗੇ ਡੱਡੇ ਕੰਨਾ ਡਾ ਲੱਲਾ ਬਿਹਾਰੀ ਲੀ ਡਾ ਲੀ ਡਾਲੀ ਸੋ ਦੈਟਸ ਹਾਉ ਯੂ ਵਿਲ ਰਾਈਟ ਇਟ ਰਾਈਟ ਉੱਤੇ ਉੜੇ ਅੰਕੜ ਉ ਅਦਕ ਤੱਤੇ ਲਾਵਾ ਤੇ ਉ ਤੇ ਉੱਤੇ ਖਿੜਿਆ ਸੋ ਹਾਉ ਡੂ ਯੂ ਰਾਈਟ ਇਟ ਸਿਹਾਰੀ ਖੱਖਾ ਖੀ ਸਿਹਾਰੀ ਡਾੜਾੜੀ ਐੜੇ ਕੰਨਾ ਆ ਖਿੜੇ ਆ ਖਿੜਿਆ right so this is called muharne so jadon si bachchan di attention muharne ch lyanne a ਉਹ ਦਿਨ ਉਹਨਾਂ ਨੂੰ ਸਪੈਲਿੰਗ ਦੀ ਥੋੜੀ ਸੁਖਾਲੀ ਸੌਖੀ ਹੋ ਜਾਂਦੀ ਹੈ ਈਜ਼ ਹੋ ਜਾਂਦੀ ਹੈ ਉਹਨਾਂ ਨੂੰ ਠੀਕ ਹੈ ਸੋ ਉਹ ਕਾਪੀ ਕਰਨਗੇ ਉਹ ਤੁਸੀਂ ਕਾਪੀ ਕਰਨ ਤੋਂ ਬਾਅਦ ਮੇਕ ਸ਼ੁਰ ਯੂ ਰੀਡ ਇਟ ਟੂ ਸੈਮਬਡੀ ਸੋ ਅਸੀਂ ਬੱਚਿਆਂ ਨੂੰ ਬਾਰ 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 ਮੌਕਾ ਦੇਣਾ ਹੈ ਕਿ ਉਹ ਐਸ ਪੋਮ ਨੂੰ ਪੜਨ ਤੇ ਐਸ ਪੋਮ ਨੂੰ ਨੂੰ ਬੋਲਣ ਇਹ ਕਵਿਤਾ ਕਿ ਦੇ ਬਾਰੇ ਵਿੱਚ ਹੈ ਸੋ ਦੈਟਸ ਅ ਕੁਐਸਚਨ ਇਹ ਕਵਿਤਾ ਇੱਕ ਖਿੜੇ ਹੋਏ ਫੁੱਲ ਦੇ ਬਾਰੇ ਵਿੱਚ ਹੈ ਰਾਈਟ ਓਕੇ ਫੁੱਲ ਸਾਨੂੰ ਕੀ ਕਹਿੰਦਾ ਫੁੱਲ ਸਾਨੂੰ ਕੀ ਕਹਿੰਦਾ ਫੁੱਲ ਕਹਿੰਦਾ ਖੁਸ਼ ਰਹੋ ਤੇ ਖੁਸ਼ੀਆਂ ਵੰਡੋ ਰਾਈਟ ਹੁਣ ਤੁਸੀਂ ਜਦੋਂ ਟਾਈਮ ਮਿਲੇ ਤੁਸੀਂ ਇਸ ਪੋਇਮ ਦੇ ਨਾਲ ਫੋਟੋ ਡਰਾ ਕਰਨੀ ਹੈ ਇੱਕ ਤਸਵੀਰ ਡਰਾ ਕਰਨੀ ਹੈ ਰਾਈਟ ਸੋ ਥਿਸ ਇਜ਼ ਅਬਾਊਟ 15 20 ਮਿੰਟਸ ਲੈਸਨ ਥੈਨ ਯੂ ਕੈਨ ਸੇ ਅੱਛਾ ਹੁਣ ਕੁੜੀਆਂ ਕੁੜੀਆਂ ਗਾਣ ਗਿਆ ਔਨ ਕਰ ਲੇ ਮੁੰਡੇ ਗਾਣ ਕੇ ਕਿਹਦੀ ਆਵਾਜ਼ ਜ਼ਿਆਦਾ ਆਉਂਦੀ ਹੈ ਕਿਹਦੀ ਆਵਾਜ਼ ਬੈਟਰ ਆਉਂਦੀ ਹੈ ਕਿੰਨੂੰ ਮੈਮੋਰਾਇਜ਼ ਹੋ ਗਈ ਹੈ ਪோம் ਰਾਈਟ ਸੋ ਸੇ ਵੈਰੀ ਸ਼ੋਰਟ ਪੋਮ ਬਟ ਯੂ ਕੈਨ ਹੈਵ ਸੋ ਮੱਚ ਫਨ ਵਿਦ ਇਟ ਐਂਡ ਟੀਚਰ ਸਟੂਡੈਂਟ ਐਸੀ ਤਰ੍ਹਾਂ ਹੀ ਤੁਸੀਂ ਫਿਰ ਸੋ ਅਗਲੇ ਹਫਤੇ ਤੁਸੀਂ ਜਦੋਂ ਆਣਾ ਹੈ ਜਾਂ ਰਿਵਿਊ ਕਰਨਾ ਹੈ ਓਕੇ ਟੈਲ देम ਕਿ ਮੈਂ ਤੁਹਾਨੂੰ ਸਪੈਲਿੰਗ ਟੈਸਟ ਦਾਂਗੀ ਰਾਈਟ ਸੋ ਇਸ ਕਵਿਤਾ ਦੇ ਵਿੱਚ ਕਿੜਿਆ ਸ਼ਬਦ ਦੋ ਵਾਰ ਹੀ ਆਇਆ ਫੋਰ ਐਗਜ਼ਾਮਪਲ ਰਾਈਟ ਸੋ ਲੈਟਸ ਸੀ ਹਾਊ ਟੂ ਬੀ ਰਾਈਟ ਕਿੜਿਆ ਸੋ ਲੈਟਸ ਪ੍ਰੈਕਟਿਸ ਥੈਟ ਦੈਨ ਆਮ ਗੋਇੰਨਾ ਗਿਵ ਯੂ ਸਪੈਲਿੰਗ ਟੈ ਹਾਂ ਹਾਂ ਕਿੰਨੀ ਵਧੀਆ ਹੈ ਸੋ ਵੀ ਅਰ ਗੋਇੰਗ ਟੂ ਡੂ ਸਪੈਲਿੰਗ ਟੈਸ ਸਦਾ ਕਰਨੇ ਵਾਲੇ ਸ਼ਬਦਾਂ ਦੇ ਸਪੈਲਿੰਗ ਟੈਸਟ ਕਰ ਸਕਦੇ ਹੋ ਬਿਹਾਰੀ ਵਾਲੇ ਸ਼ਬਦਾਂ ਦੇ ਤੁਸੀਂ ਸਪੈਲਿੰਗ ਟੈਸਟ ਕਰ ਸਕਦੇ ਹੋ ਸੋ देयर इज ਓ ਸੋ ਮਨੀ ਵੇਜ਼ ਟੂ ਐਕਸਟੈਂਡ ਦਾ ਲੈਸਨ ਮੇਕ ਸ਼ੋਰ ਕਿ ਬੱਚੇ بار بار ਬੋਲਣ بار بار ਪੜਨ ਤੇ ਜੇ ਲਿਖ ਸਕਦੇ ਨੇ ਜਿੰਨਾ ਵੀ ਲਿਖ ਸਕਦੇ ਨੇ ਇਟ ਵਿਲ ਹੈਲਪ them ਸੋ ਆਈ ਹੋਪ ਇਟ ਹੈਲਪਸ ਯੂ ਕਿ ਲੈਵਲ 4 ਦੇ ਵਿੱਚ ਸਾਡਾ ਫੋਕਸ ਹੈਗਾ ਬੱਚਿਆਂ ਨੂੰ ਜੋ ਵੀ ਪੜ ਰਹੇ ਆ ਰਵਾਨਗੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਪੜਨ ਦੇ ਵਿੱਚ ਉਹਨਾਂ ਨੂੰ ਵੋਕੈਬਲਰੀ ਦੀ ਸਮਝ ਹੋਣੀ ਚਾਹੀਦੀ ਹੈ ਤੇ ਸਾਰਾ ਕੁਝ ਜੋ ਪੜ ਰਹੇ ਆ ਉਹਦੀ ਉਹਨਾਂ ਨੂੰ ਸਮਝ ਆਣੀ ਚਾਹੀਦੀ ਹੈ ਆਈ ਹੋਪ ਦਿਸ ਹੈਲਪਸ ਜੇ ਤੁਹਾਨੂੰ ਕੋਈ ਕੁਐਸਚਨ ਹੋਵੇ ਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ pushpinderpenji p e n j i @gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ